ਸੋਸਾਬ ਕੀ ਲੱਗਦਾ ਹੈ ਕਿ ਅਮਰਤਪਾਲ ਨੇਪਾਲ ਉੱਤਰਾਖੰਡ ਹਰਿਆਣਾ ਦਿੱਲੀ ਤੋਂ ਘੁੰਮਦਾ ਹੋਇਆ ਕਹਿੰਦੇ ਮੜ ਪੰਜਾਬ ਦੇ ਵਿੱਚ ਫਿਰ ਆ ਗਿਆ ਲੋਕ ਇਹ ਕਹਿੰਦੇ ਨੇ ਕਿ ਜੇ ਉਹਨੂੰ ਫੜਨਾ ਸੀ ਸਾਧੂ ਸਿੰਘ ਧਰਮਸੋਤ ਨੂੰ ਵੀ ਸੁੱਤੇ ਪਏ ਨੂੰ ਚੱਕ ਲੈਂਦਾ ਸੀ ਨਾ ਸਵੇਰੇ 3-4 ਵਜੇ ਜਾ ਕੇ ਅਜਨਾਲਾ ਕਾਂਢ ਤੋਂ ਬਾਅਦ ਕੋਈ ਦਿਨ ਇਹੋ ਜਾ ਨਹੀਂ ਜਦੋਂ ਭਾਈ ਅਮਰਤਪਾਲ ਸਿੰਘ ਆਪਣੇ ਘਰ ਨਾ ਗਏ ਅੱਜ ਮੁਲਕ ਦੇ ਵਿੱਚ ਜਿਹੜੇ ਅਸਲ ਮੁੱਦੇ ਸੀ 122 ਵੇਲੇ ਕਿੰਨੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ? ਕਰੋਨਾ ਦੇ ਵਿੱਚ ਕਿੰਨੇ ਲੋਕਾਂ ਦੀਆਂ ਨੌਕਰੀਆਂ ਗਈਆਂ? ਤੁਹਾਡਾ GST ਅਸਰ ਕੀ ਹੈ? GDP ਕਿੱਥੇ ਖੜੀ ਹੈ? ਤੇ ਮਹਿੰਗਾਈ ਸਭ ਤੋਂ ਜਿਹੜਾ ਵੱਡੀ ਸਮੱਸਿਆ ਹੈ। ਜਦੋਂ ਚਾਰੇ ਪਾਸੇ ਪੁਲਿਸ ਦਾ ਘੇਰਾ ਹੋਵੇ ਉਹ ਬਾਅਦ ਚ ਆ ਕੇ ਵਿਚੜੂਗਾ। ਅਜੇ ਤੱਕ ਕਰ ਜਿੰਨੀਆਂ ਗੱਲਾਂ ਅਸਲ ਉਦੋਂ ਪਤਾ ਲੱਗੇਗਾ ਵੱਲੋਪੁਰ ਸਾਹਿਬ ਜੀ ਜਦੋਂ ਅਮਰਤਪਾਲ ਸਾਹਮਣੇ ਆ ਸਾਰਿਆਂ ਦੇ ਸਵਾਲ ਦੇ ਘੇਰੇ ਚ ਹੈ ਕਿ ਐਡੀ ਪੁਲਿਸ ਪਿੱਛੇ ਲੱਗੀ ਹੋਏ ਵੱਦਾ ਇੱਕ ਫੜਨਾ ਹੈ ਤੇ ਸੜਕਾਂ ਦੇ ਉੱਤੇ ਜਿਵੇਂ ਨਾ ਪੁਰਾਣੇ ਜ਼ਮਾਨੇ 'ਚ ਖੇਡਦੇ ਹੁੰਦੇ ਸੀ ਚੂ ਚੋਰ ਵਾ ਸਿਪਾਈ ਜੀ ਇਹ ਸਾਰਾ ਕਿਉਂ ਕੀਤਾ ਜਾ ਰਿਹਾ ਕਿਵੇਂ ਕੀਤਾ ਜਾ ਰਿਹਾ ਇਹਦਾ ਜਵਾਬ ਤਾਂ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਪਊਗਾ ਜੱਧਰ ਸਾਹਿਬ ਦੂਜੇ ਪਾਸੇ ਜੱਥੇਦਾਰ ਹਰਪ੍ਰੀਤ ਸਿੰਘ ਉਹਦਾ ਜੋ ਬਿਆਨ ਆਉਂਦਾ ਤੇ ਭਵੰਤ ਮਾਨ ਦਾ ਬਿਆਨ ਆਉਂਦਾ ਤੁਸੀਂ ਕੀ ਦੇ ਦਿਓ ਕਿਹਦੇ ਵੱਲੋਂ ਕੀ ਸਿਆਸਤ ਕੀਤੀ ਗਈ ਜੱਧਰ ਸਾਹਿਬ ਨੇ ਪਿਛਲੇ ਸਾਲ ਕਿਹਾ ਸੀ ਨਾ ਮਹੀਦੇ ਮਹੀਨੇ ਵਿੱਚ ਜੀ ਕਿ YouTube ਚੈਨਲ rau ਤੁਸੀਂ ਆਪ ਦਾ ਆ ਪ੍ਰਾਈਵੇਟ ਨਿੱਜੀ ਚੈਨਲ ਬੰਦ ਕਰੋ ਪੁਰਾ 10 ਮਹੀਨੇ ਹੋ ਗਏ ਹੋ ਗਏ ਕਿ ਜੇ ਥੋੜਾ ਦਿੱਤਾ ਹੋਇਆ ਹੁਕਮ ਸ਼ਰੂਮਣੀ ਕਮੇਟੀ ਉਹ ਨਹੀਂ ਮੰਨਦੀ ਹੋਰ ਕੀ ਨੇ ਮੰਨਦਾ ਉਧਰ ਜਥੇਦਾਰ ਸਾਹਿਬ ਨੇ ਕਹਿਤਾ ਕਿ 24 ਘੰਟਿਆਂ ਦਾ ਆਲਟੀਮੇਟ ਹੈ 24 ਘੰਟਿਆਂ ਦਾ ਇਸ ਮੀਟਿੰਗ ਦੇ ਵਿੱਚੋਂ ਤੁਸੀਂ ਬਲਜੀਤ ਸਿੰਘ ਦਾਦੂਪਾਲ ਨੂੰ ਕਿਸ ਕਾਰਨ ਬਾਹਰ ਰੱਖ ਲਿਆ ਬਿਲਕੁਲ ਜੀ ਉਹ ਸਿੱਖ ਸੰਸਥਾਵਾਂ ਚ ਨਹੀਂ ਆਉਂਦੇ ਇਹ ਪੇਕੰਡ ਚੂਜ ਕਿਉਂ ਕੀਤਾ ਗਿਆ ਚੋਣਵੇਂ ਬੁਲਾ ਲਓ ਸਰਬ ਕੀ ਲੱਗਦਾ ਹੈ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਹੁਣ ਉਹ ਦੂਜੇ ਪਾਸੇ 10 ਮਈ ਨੂੰ ਜਿਮਨੀ ਚੋਣ ਜਲੰਧਰ ਦੀ ਲੋਕ ਸਭਾ ਦੀ ਵੀ ਆ ਗਈ ਤੁਹਾਨੂੰ ਕੀ ਲੱਗਦਾ ਉਹਦੇ ਵਿੱਚ ਕੀ ਅਸਰ ਹੋਊਗਾ ਸਿਆਸੀ ਸਰਕਾਰ ਦਾ ਦੂਜਾ ਲਿਟਮਸ ਟੈਸਟ ਹੈ ਹੂੰ ਪਹਿਲਾ ਟੈਸਟ ਸੰਗਰੂਰ ਚ ਹੋਇਆ ਜੀ ਸਰਕਾਰ ਫੇਰ ਹੋਈ ਸਰਕਾਰ ਨੇ ਉਹਦੇ ਤੇ ਬੈਠ ਕੇ ਵਿਚਾਰ ਹੀ ਕੀਤੀ ਹੂੰ ਕਿ ਸਾਡਾ ਇਹ ਹਸ਼ਰ 3 ਮਹੀਨਿਆਂ ਬਾਅਦ ਕਿਉਂ ਹੋਊਗਾ 1999 ਵਿੱਚ ਮਾਨ ਸਾਹਿਬ ਨੂੰ ਵੀ ਜਿਤਾਤੀਆਂ ਸੀ ਸਾਰੀਆਂ ਸੀਟਾਂ 1-2 ਛੱਡ ਕੇ ਪਾਰਲੀਮੈਂਟ ਦੀਆਂ ਜੀ ਮਾਨ ਸਾਹਿਬ ਕਰਪਾੰਦਾਰ ਰੇੜਕਾ ਲਾ ਕੇ ਬਹਿ ਕੇ ਜੇ ਮਾਨ ਸਾਹਿਬ ਉਦੋਂ ਸਮਝ ਜਾਂਦੇ ਮੈਂ ਦਾਅਵੇ ਨਾਲ ਕਹਿੰਦਾ ਅਕਾਲੀ ਦਾਲ ਦੀ ਦੇਸ਼ਾ ਤੇ ਦਸ਼ਾ ਹੂੰ ਦੋਨੋਂ ਹੀ ਕੋਈ ਹੋਰ ਹੋਣੀ ਸ਼ਸ਼ੀਕਾਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਪਰ ਦੀਆਂ ਕੁਝ ਵੱਡੀਆਂ ਤੇ ਪ੍ਰਮੁੱਖ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਨੇ ਸਾਡੇ ਡੀ5 ਚੈਨਲ ਪੰਜਾਬੀ ਦੇ ਸੀਨੀਅਰ ਡਿਊਟੀ ਜਸਪਾਲ ਸੀਨੀਟੀ ਲੋਜੀ ਆਉਂਦੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਫਿਰ ਕਰਦੇ ਆ ਖਬਰਾਂ ਦੇ ਉੱਤੇ ਚਰਚਾ ਢੀਲੋ ਸਾਹਿਬ ਬਹੁਤ ਸਵਾਗਤ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨ ਜੀ ਢੀਲੋ ਸਾਹਿਬ ਕੀ ਲੱਗਦਾ ਹੈ ਕਿ ਅਮਰਤਪਾਲ ਨੇਪਾਲ ਉੱਤਰਾਖੰਡ ਹਰਿਆਣਾ ਦਿੱਲੀ ਤੋਂ ਘੁੰਮਦਾ ਹੋਇਆ ਕ ਮੇਰੇ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਕਿਉਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅੱਜ ਦੇ ਜਿੱਥੇ ਸੂਚਨਾ ਦਾ ਇੰਨਾ ਤੇਜ਼ ਸਿਸਟਮ ਹੋ ਗਿਆ ਹੈ ਹੂੰ ਕਿ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਸੂਚਨਾ ਕਿੱਥੋਂ ਦੀ ਕਿੱਥੋਂ ਭੇਜ ਸਕਦੇ ਹੋ ਸਵਾਲ ਉਦੋਂ ਵੀ ਸਵਾਲ ਵੱਧਦਾ ਹੈ ਜਿਸ ਹਾਈ ਕੋਰਟ ਦੇ ਜੱਜ ਸਾਹਿਬ ਇਹ ਗੱਲ ਕਹਿਣ ਕਿ 80000 ਦੀ ਪੁਲਿਸ ਨਾਫਰੀ ਤੇ ਬਾਕੀ ਤੁਸੀਂ ਬਾਹਰ ਦੀ ਮਹਗਾਈ ਫਿਰਦੇ ਹੋ ਬੰਦਾ ਫੜਨਾ ਸੀ ਇੱਕ ਉਹ ਫੜਿਆ ਨਹੀਂ ਗਿਆ ਨਾਲ ਦੇ ਸਾਰੇ ਫੜ ਲਏ ਲੋਕ ਇਹ ਕਹਿੰਦੇ ਨੇ ਕਿ ਜੇ ਉਹਨੂੰ ਫੜਨਾ ਸੀ ਸਾਧੂ ਸਿੰਘ ਧਰਮਸੋਤ ਨੂੰ ਵੀ ਸੁੱਤੇ ਪਏ ਨੂੰ ਚੱਕ ਲੈਂਦਾ ਸੀ ਨਾ ਸਵੇਰੇ 3-4 ਵਜੇ ਜਾ ਕੇ ਅਜਨਾਲਾ ਕਾਂਡ ਤੋਂ ਬਾਅਦ ਕੋਈ ਦਿਨ ਇਹੋ ਜਾਣੀ ਜਦੋਂ ਭਾਈ ਅਮਰਤਪਾਲ ਸਿੰਘ ਆਪਣੇ ਘਰ ਨਾ ਗਏ ਹੋਵੇ ਆ ਜਿਹੜਾ ਸਾਰਾ ਕੁਝ ਕੀਤਾ ਇਹ ਲੋਕਾਂ ਦੇ ਗਲਾਂ 'ਚੋਂ ਥੱਲੇ ਨਹੀਂ ਉਤਰਦਾ ਲੋਕ ਕਹਿੰਦੇ ਆ ਕਿ ਜੇ ਅਮਰਤਪਾਲ ਹੀ ਟਾਰਗੇਟ ਸੀ ਉਹਨੂੰ ਉਹਦੇ ਘਰ ਦੇ ਵਿੱਚੋਂ ਫੜਿਆ ਜਾ ਸਕਦਾ ਸੀ ਰਸਤੇ 'ਚੋਂ ਫੜਿਆ ਜਾ ਸਕਦਾ ਸੀ ਫਿਰ ਇਹ ਪਤਾ ਲੱਗ ਗਿਆ ਆਹ ਸੜਕ ਤੇ ਅਮਰਤਪਾਲ ਸਿੰਘ ਜਾ ਰਿਹਾ ਹੈ ਇਹ ਸਾਰੀ ਪੁਲਿਸ ਫੋਰਸ ਉਹਦੇ ਪਿੱਛੇ-ਪਿੱਛੇ ਕੋਤਰੀ ਫਿਰਦੀ ਸੀ ਮੂਹਰੋਂ ਕਿਉਂ ਆਈ ਹੂੰ ਬੰਦੇ ਨੂੰ ਕਾਬੂ ਕਰਨ ਵਾਸਤੇ ਮੂਹਰੋਂ ਆਉਂਦਾ ਹੈ ਬੜੀਆਂ ਹਾਸੋਈਆਂ ਕਈ ਮੇਰੀ ਗੱਲਾਂ ਬਾਪਰਦੀਆਂ ਨੇ ਮੈਂ ਤੇ ਇੱਕ ਮੇਰਾ ਮਿੱਤਰ ਖੜਕੂ ਬਾਦ ਤੇ ਮੇਰੇ ਮੋਟਰਸਾਈਕਲ ਤੇ ਬੈਠੇ ਜਾ ਰਹੇ ਜੀ ਸਾਡੇ ਕੋਲ ਦੀ ਦੋ ਮੋਟਰਸਾਈਕਲ ਸੀ ਲੋਜੀਆਂ ਦੇ ਬੁਕਲਾ ਮਾਰੀਆਂ ਸੀ ਪਤਾ ਨਹੀਂ ਕੀ ਸੀ ਉਹਨਾਂ ਕੋਲੇ ਕੀ ਨਹੀਂ ਉਦੇ ਪਿਛਲੇ ਪਾਸੇੋਂ ਪੁਲਿਸ ਦੀ ਜਿਪਸੀ ਆਈ ਜੀ ਉਹ ਕਿਲੋ ਡੂਡੂ ਕਿਲੋਮੀਟਰ ਗਾਹਾਂ ਟੱਪ ਗਏ 2 ਕਿਲੋਮੀਟਰ ਟੱਪ ਗਏ ਹੋਣਗੇ ਤੇ ਸਾਡੇ ਕੋਲ ਆ ਕੇ ਕਹਿੰਦੇ 1 ਮਿੰਟ ਵੀ ਖੜੋ ਅਸੀਂ ਕਿਹਾ ਹਾਂਜੀ ਦੱਸੋ ਕਹਿੰਦੇ ਇੱਧਰੋਂ ਕੋਈ ਮੋਟਰਸਾਈਕਲ ਤੇ ਦੋ ਬੰਦੇ ਜਾਂ ਤਿੰਨ ਬੰਦੇ ਜਾਂਦੇ ਤੇ ਨਹੀਂ ਦਿਸੇ ਹਮ ਬਾਈ ਜਮਾਂ ਗਏ ਐ ਲੋਈਆਂ ਦੀ ਬੁੱਕਲ ਸੀ ਮੂੰਹ ਢਕੇ ਬੀ ਸੀ ਉਹਨਾਂ ਦਾ ਕੋਈ ਜ਼ਿਆਦਾ ਪਤਾ ਨਹੀਂ ਸੀ ਲੱਗਦਾ ਗਏ ਐ ਉਹਦੇ ਵਿੱਚ ਜਿਹੜੇ ਕਰਮਚਾਰੀ ਬੈਠੋ ਪਦੇ ਕਹਿੰਦੇ ਹੂੰ ਆਪਾਂ ਐਂ ਕਰਦੇ ਆ ਮੂਹਰ ਦੀ ਆਉਨੇ ਆ ਫਿਰ ਪਿੱਛੇ ਮੁੜ ਗਏ ਹੂੰ ਇਹ ਕਹਾਣੀਆਂ ਉਦੋਂ ਬਹੁਤ ਚੱਲਦੀਆਂ ਸੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿੱਦਣ ਤੋਂ ਇਹ ਚੱਲ ਰਿਹਾ ਹੈ ਅਸਲ ਦੇ ਵਿੱਚ ਕੁਝ ਅਜਿਹੀਆਂ ਸੁਰਖੀਆਂ ਪੈਦਾ ਹੋ ਗਈਆਂ ਜਿਹਦੇ ਤੋਂ ਸਰਕਾਰ ਖੜਾ ਛਡਾਉਣਾ ਚਾਹੁੰਦੀ ਹੈ ਉਹਨਾਂ ਕੋਲ ਜਵਾਬ ਨਹੀਂ ਜਿਵੇਂ ਕੇਂਦਰ ਦੀ ਸਰਕਾਰ ਦੇ ਕੋਲ ਜੋ ਸਵਾਲ ਵਿਰੋਧੀ ਧਿਰ ਵਾਲੇ ਪੁੱਛਦੇ ਆ ਖਾਸ ਕਰ ਰਾਹੁਲ ਗਾਂਧੀ ਪੁੱਛਦੇ ਆ ਕੀ ਆ ਸਾਰਾ ਕੁਝ ਅਡਾਨੀ ਸਾਹਿਬ ਨੂੰ ਦੇਤਾ ਇਹਦਾ ਸਪਸ਼ਟੀਕਰਨ ਤਾਂ ਦੇ ਦਿਓ ਵੀ ਕਿਉਂ ਉਹ ਪੈਸਾ ਕਿਹਦਾ ਹੈ ਉਹਦਾ ਜਵਾਬ ਦੇਣ ਦੀ ਥਾਂ ਤੇ ਧਿਆਨ ਭਟਕਾਏ ਜਾ ਰਹੇ ਨੇ ਅੱਜ ਮੁਲਕ ਦੇ ਵਿੱਚ ਜਿਹੜੇ ਅਸਲ ਮੁੱਦੇ ਸੀ ਨੋਟਬੰਦੀ ਵੇਲੇ ਕਿੰਨੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਕਰੋਨਾ ਦੇ ਵਿੱਚ ਕਿੰਨੇ ਲੋਕਾਂ ਦੀਆਂ ਨੌਕਰੀਆਂ ਗਈਆਂ ਥੋੜਾ ਜੀਐਸਟੀ ਅਸਰ ਕੀ ਹੈ ਜੀ ਡੀ ਪੀ ਕਿੱਥੇ ਖੜੀ ਹੈ ਤੇ ਮਹਿੰਗਾਈ ਸਭ ਤੋਂ ਜਿਹੜਾ ਵੱਡੀ ਸਮੱਸਿਆ ਹੈ 450 ਰੁਪਿਆ ਦਾ ਸਲੰਡਰ ਅੱਜ 1150 ਵਿੱਚ ਕਿਉਂ ਵੇਚਿਆ ਜਾ ਰਿਹਾ ਹੈ 58 ਰੁਪਿਆ ਨੂੰ ਵੇਕਣ ਵਾਲਾ ਪੈਟਰੋਲ ਅੱਜ 100 ਰੁਪਏ ਦੇ ਨੇੜੇ ਹੈ ਪਰ 90 ਰੁਪਿਆ ਨੂੰ ਵੇਕਣ ਵਾਲਾ ਡੀਜ਼ਲ ਉਹ 90 ਰੁਪਏ ਦੇ ਨੇੜੇ ਪਹੁੰਚ ਗਿਆ ਇਹ ਸਵਾਲ ਸਾਰੇ ਖੜੇ ਨੇ ਜਿਉਂਦੀ ਤਿਉਂ ਖੜੇ ਨੇ ਲੋਕਾਂ ਦੇ ਵਿੱਚ ਇੱਕ ਚਰਚਾ ਕਿ ਧਿਆਨ ਪਟਕਾਇਆ ਜਾ ਰਿਹਾ ਹੈ ਪਹਿਲਾਂ ਰੇੜੀ ਦੇ ਮੋਟਰਸਾਈਕਲ ਰੱਖ ਲਿਆ ਇੱਥੇ ਰੱਖ ਲਿਆ ਸ਼ਾਬਾਸ਼ ਦਿਸ ਗਿਆ ਸ਼ਾਬਾਸ਼ ਤੋਂ ਬਾਅਦ ਪਟਿਆਲੇ ਆ ਗਿਆ ਪਿੱਛੇ ਮੁੜਿਆ ਆ ਉਹ ਹਰਿਆਣਾ ਚੋਂ ਗਿਆ ਗਿਆ ਆ ਵੈਲ ਮੁਝੇ ਮਾਰ ਵੀ ਪੰਜਾਬ ਦੀ ਪੁਲਿਸ ਦੇ ਪਿੱਛੇ ਲੱਗੀ ਵੀ ਹੋਵੇ ਮੈਨੂੰ ਯਾਦ ਆ ਜਟ ਜੌਣਾ ਮੋੜ ਜਦੋਂ ਫਿਲਮ ਬਣੀ ਸੀ ਉਹਦਾ ਇੱਕ ਡਾਇਲੋਗ ਸੀ ਅਸੀਂ ਜਦੋਂ ਸ਼ੂਟਿੰਗ ਕਰਦੇ ਸਾਂ ਤੇ ਗੁੱਗੂ ਗੱਲ ਸਾਬ ਦਾ ਸੀ ਕਿ ਪੁਲਿਸ ਬਾਜਵੰਗ ਮੇਰੇ ਪਿੱਛੇ ਲੱਗੀ ਐ ਮੈਂ ਵੀ ਨਿੱਕੀ ਬੁੱਟੀ ਭੂਮ ਕਾ ਉਹਦੇ ਵਿੱਚ ਨਿਭਾਈ ਸੀ ਹੂੰ ਤੇ ਜਦੋਂ ਚਾਰੇ ਪਾਸੇ ਪੁਲਿਸ ਦਾ ਘੇਰਾ ਹੋਵੇ ਉਹ ਬਾਅਦ ਚ ਆ ਕੇ ਵਿਚਪੜੂਗਾ ਅਜੇ ਤੱਕ ਅਜਿਹੀਆਂ ਗੱਲਾਂ ਅਸਲ ਉਦੋਂ ਪਤਾ ਲੱਗੇਗਾ ਬਲਵਪੁਰ ਸਾਹਿਬ ਜੀ ਜਦੋਂ ਅਮਰਤਪਾਲ ਸਾਹਮਣੇ ਆਉਂਦਾ ਹੈ ਹੂੰ ਉਹ ਪਹਿਲੇ ਦਿਨ ਤੋਂ ਹੀ ਫੜਿਆ ਸੀ ਜਿਹੜੇ ਈਮਾਨ ਸਿੰਘ ਖਾਰਾ ਦੇ ਪਿਤਾ ਜੀ ਨੇ ਵਕੀਲ ਨੇ ਸਰਦਾਰ ਹਰਪਾਲ ਸਿੰਘ ਖਾਰਾ ਉਹ ਸ਼ਾਹਕੋਟ ਥਾਣੇ ਬਾਰੇ ਕਈ ਸਵਾਲੀਏ ਉਠਾਉਂਦੇ ਆ ਜੀ ਈਮਾਨ ਸਿੰਘ ਨੇ ਵੀ ਉੱਥੇ ਗੱਲ ਕਹੀ ਅੱਜ ਪੇਛੀ ਵੀ ਸੀ ਬਿਲਕੁਲ ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਐਫੀਡੇਵਿਟ ਦਿਓ ਆਪਦਾ ਕਿ ਪੁਲਿਸ ਦੇ ਕੋਲ ਹੈ ਪੁਲਿਸ ਨੇ ਜਵਾਬ ਦੇ ਵਿੱਚ ਐਫੀਡੇਵਿਟ ਅੱਜ ਦੇਤਾ ਅਗਲੀ ਤਰੀਕ ਸ਼ਾਇਦ ਇਹਦੀ 11 April 12 April ਜੀ 12 April ਉੱਪਰ ਗਈ ਹੈ ਹੂੰ ਹੁਣ 12 ਅਪ੍ਰੈਲ ਦੇ ਵਿੱਚ ਉਦੋਂ ਪਹਿਲਾ ਪਹਿਲਾ ਜਿਹੜੇ ਈਮਾਨ ਸਿੰਘ ਖਾਰਾ ਨੇ ਉਹਨਾਂ ਨੇ ਆਪਣਾ ਹਲਫੀਆ ਬਿਆਨ ਅਦਾਲਤ ਵਿੱਚ ਪੇਸ਼ ਕਰਨਾ ਹੈ ਬਿਲਕੁਲ ਜੀ ਸੋ ਭਾਈ ਸਮਝਦਾ ਕਿ ਜਿਹੜਾ ਇਹ ਪੇਸ਼ ਕਰਨਾ ਉਹਦੇ ਵਿੱਚ ਉਹ ਆਪਣਾ ਪੱਖ ਰੱਖਣਗੇ ਕੀ ਉਦੋਂ ਤੱਕ ਸਾਰਾ ਕੁਝ ਆਉਂਦਾ ਸਾਰਿਆਂ ਦੇ ਸਵਾਲ ਦੇ ਘੇਰੇ ਚ ਐਡੀ ਪੁਲਿਸ ਪਿੱਛੇ ਲੱਗੀ ਹੋਏ ਬੰਦਾ ਇੱਕ ਫੜਨਾ ਹੈ ਤੇ ਸੜਕਾਂ ਦੇ ਉੱਤੇ ਜਿਵੇਂ ਨਾ ਪੁਰਾਣੇ ਜ਼ਮਾਨੇ 'ਚ ਖੇਡਦੇ ਹੁੰਦੇ ਸੀ ਤੂੰ ਚੋਰ ਮੈਂ ਸਿਪਾਈ ਜੀ ਇਹ ਸਾਰਾ ਕਿਉਂ ਕੀਤਾ ਜਾ ਰਿਹਾ ਕਿਵੇਂ ਕੀਤਾ ਜਾ ਰਿਹਾ ਇਹਦਾ ਜਵਾਬ ਤਾਂ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਪਊਗਾ ਕਿਧਰੇ ਇਹ ਨਾ ਹੋਵੇ ਪੁਲਿਸ ਦੀਆਂ ਪੁਰਾਣੀਆਂ ਕਹਾਣੀਆਂਾਂ ਤਾਨੂੰ ਲੈਣਿਆਂ ਦੀਆਂ ਦੇਰੀਆਂ ਪੈ ਜਾਣ ਲੋਕ ਚਾਹੁੰਦੇ ਲੋਕ ਜਿਹੜੀਆਂ ਥਿਓਰੀਆਂ ਉਹਨਾਂ ਦੇ ਸਾਹਮਣੇ ਆ ਰਹੀਆਂ ਨੇ ਉਹ ਲੋਕਾਂ ਦੇ ਗਲੇ 'ਚੋਂ ਥੱਲੇ ਨਹੀਂ ਉਤਰਦੀਆਂ ਲੋਕ ਇਹ ਸਰਕਾਰ ਨੂੰ ਪੁੱਛਦੇ ਨੇ ਵੀ ਬਾਕੀ ਤਾਂ ਗੱਲਾਂ ਛੱਡੋ ਅਮਰਤਪਾਲ ਨੇ ਪਤਾ ਹੀ ਕਦੋਂ ਪੇਸ਼ ਹੋਣਾ ਕਦੋਂ ਨਹੀਂ ਉਹ ਸਾਹਮਣੇ ਆਉਣਾ ਕਿ ਨਹੀਂ ਕਦੇ ਉਹਦੀਆਂ ਬਾਲ ਕੱਟੇ ਵਾਲੀਆਂ ਕਦੇ ਕੋਈ ਇਹ ਸਾਰਾ ਜੀਪੀਐਸ ਇਹਨਾਂ ਕੋਲ ਲੱਗਿਆ ਹੋਇਆ ਜਿਹੜਾ ਇਹਨਾਂ ਨੂੰ ਦੱਸ ਦਿੰਦਾ ਵੀ ਫਲਾਣੇ ਹੂੰ ਕੀ ਜਿਹੜੇ ਏਰੀਆ ਦੇ ਵਿੱਚੋਂ ਉਹ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਕੈਮਰੇ ਦੇ ਵਿੱਚੋਂ ਸਾਹਮਣੇ ਆਇਆ ਆਸੇ-ਪਾਸੇ ਦੇ ਸੀਸੀਟੀਵੀ ਵੀ ਫੁਰਲੇ ਨੇ ਉਹਨਾਂ ਦੇ ਵਿੱਚ ਹੈ ਜੀ ਜਾਂ ਸਿਰਫ ਇੱਕ ਕੈਮਰੇ ਦੀ ਨਜ਼ਰ ਆਉਂਦਾ ਹੈ ਜਿਵੇਂ ਉਹ ਮਿਸਟਰ ਇੰਡੀਆ ਫਿਲਮ ਦੇ ਵਿੱਚ ਇੱਕ ਜੰਤਰ ਸੀ ਉਸ ਅਨਲਕਪੁਰ ਦੇ ਹੱਥ 'ਚ ਲੱਗਿਆ ਹੁੰਦਾ ਸੀ ਤੇ ਜਦੋਂ ਉਹਨੂੰ ਆਨ ਕਰ ਦਿੱਤਾ ਜਾਂਦਾ ਸੀ ਬੰਦਾ ਦਿਦਾ ਨਹੀਂ ਸੀ ਜੀ ਸਿਰਫ ਉਹ ਉਸ ਫਿਲਮ ਦੇ ਮੁਤਾਬਕ ਫਿਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਲਾਲ ਸ਼ੀਸ਼ੇ ਵਿੱਚ ਦਿਦਾ ਹੈ ਹੂੰ ਤੇ ਇਹਨਾਂ ਨੂੰ ਪਤਾ ਲੱਗਦਾ ਇਹ ਸਾਰੀਆਂ ਥਿਉਰੀਆਂ ਨੇ ਕਦੇ ਨੇਪਾਲ ਭਾਰਤ ਚਿੱਠੀ ਲਿਖੀ ਜਾਂਦਾ ਤੇ ਸਾਰਾ ਕੁਝ ਜੇ ਤੁਹਾਨੂੰ ਪਤਾ ਨੇਪਾਲ ਭੱਜ ਗਿਆ ਤੇ ਫਿਰ ਹਿਸ਼ਾਲਪੁਰ ਕੀ ਲੱਭਦੇ ਫਿਰਦੇ ਹੋ ਬਿਲਕੁਲ ਮਿਲਾ ਕੇ ਤੁਸੀਂ ਆਪ ਦੀ ਪੋਜੀਸ਼ਨ ਆਪ ਹੀ ਪਤਲੀ ਕਰ ਰਹੇ ਹੋ ਇਹਦੇ ਸਾਹਮਣੇ ਆਵੇ ਆ ਆਹਦਾ ਤੁਹਾਡੇ ਕੋਲ ਹੈ ਨਾ ਲਾਰਸ ਵਸ਼ਰੀ ਹੂੰ ਉਹਨੂੰ ਤਾਂ ਪੁੱਛ ਕੇ ਦੱਸਦੇ ਉਹ ਕਿੱਥੇ ਹੋਈ ਸੀ ਇੰਟਰਵਿਊ ਦੀ ਉਹਨੂੰ ਤਾਂ ਪਤਾ ਜੇ ਕਿਸੇ ਹੋਰ ਨੂੰ ਪਤਾ ਹੋਵੇ ਨਾ ਪਤਾ ਹੋਵੇ ਹੂੰ ਬਿਲਕੁਲ ਜੀ ਲੋਕਾਂ ਦੇ ਧਿਆਨ ਭਟਕਾਉਣ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਹੀ ਸਿਆਸੀ ਤੌਰ ਤੇ ਅਧਿਕਾਰੀਆਂ ਨੂੰ ਕੋਈ ਫਰਕ ਨਹੀਂ ਪੈਣਾ ਜੀ ਜਿਹੜੇ ਪੁਰਾਣੇ ਅਕਾਲੀ ਕਾਂਗਰਸੀ ਭਾਜਪਾਈ ਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਫਰਕ ਪਿਆ ਕਿ ਨਹੀਂ ਪਿਆ ਅਧਿਕਾਰੀਤਾ ਜੇ ਬਠਿੰਡੇ ਨਹੀਂ ਲੱਗਿਆ ਮਾਨਸਾ ਲੱਗ ਜੂ ਮਾਨਸਾ ਨਹੀਂ ਲੱਗਿਆ ਗੁਰਦਾਸਪੁਰ ਲੱਗ ਜੂ ਲੇਕਿਨ ਫਰਕ ਕਿਹਨੂੰ ਪੈਂਦਾ ਹੈ ਸਿਆਸਤਦਾਨਾਂ ਨੂੰ ਤੇ ਅੱਜ ਵੀ ਜੇ ਸਾਰਾ ਕੁਝ ਫਰਕ ਪਵੇਗਾ ਉਹ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਹੁੰਚ ਸਕਦਾ ਹੈ ਇਸ ਲਈ ਲੋਕਾਂ ਦੇ ਵਿੱਚ ਇੱਕ ਚਰਚਾ ਹੈ ਕਿ ਤੁਸੀਂ ਇਹਨਾਂ ਦੇ ਥੱਲੇ ਲਾ ਕੇ ਨਾ ਚੱਲੋ ਇਹਨਾਂ ਨੂੰ ਆਪਣੇ ਥੱਲੇ ਲਾ ਕੇ ਚਲਾਓ ਜੀ ਚੰਦ ਸਰ ਦੂਜੇ ਪਾਸੇ ਜਥੇਦਾਰ ਹਰਪ੍ਰੀਤ ਸਿੰਘ ਦਾ ਜੋ ਬਿਆਨ ਆਉਂਦਾ ਹੈ ਤੇ ਭਗਵੰਤ ਮਾਨ ਦਾ ਬਿਆਨ ਆਉਂਦਾ ਤੁਸੀਂ ਕੀ ਦੇਦੋ ਕਿਹਦੇ ਵੱਲੋਂ ਕੀ ਸਿਆਸਤ ਕੀਤੀ ਜਾ ਰਹੀ ਹੈ ਦੇਖੋ ਜਿਹੜੀਆਂ ਗੱਲਾਂ ਭਗਵੰਤ ਸਿੰਘ ਮਾਨ ਨੇ ਉਠਾਈਆਂ ਨੇ ਉਹ ਗੱਲਾਂ 'ਚ ਕਿਤੇ ਨਾ ਕਿਤੇ ਤਾਂ ਸੱਚਾਈ ਤਾਂ ਹੈ ਨਾ ਬਿਲਕੁਲ ਜੀ ਜੱਦਰ ਸਰ ਆਪ ਕਹਿ ਚੁੱਕੇ ਨੇ ਸਾਡੀਆਂ ਸਿੱਖ ਸੰਸਥਾਵਾਂ ਦੀ ਪੋਜੀਸ਼ਨ ਬਹੁਤ ਪਤਲੀ ਹੋ ਚੁੱਕੀ ਹੈ ਤੇ ਫਿਰ ਜੱਧਰ ਸਾਹਿਬ ਦਾ ਜਵਾਬ ਵੀ ਦੇ ਦੇਣ ਵੀ ਇਹ ਪਤਲੀ ਹੋਈ ਕਿਉਂ ਹੈ ਹਾਂ ਆ ਉਹਨਾਂ ਨੇ ਸਿੱਖ ਸੰਸਥਾਵਾਂ ਦੀ ਉਹ ਮੀਟਿੰਗ ਸੱਦੀ ਸੀ ਇਹਦੀ ਜੀ ਗੱਲ ਕਰ ਲੈਂਦੇ ਬਿਲਕੁਲ ਜੀ ਕੱਲ ਜਦੋਂ ਬਜਟ ਚਲਾਸ ਹੋਇਆ ਤਾਂ ਇੱਕ ਬੈਸ ਭਰਾ ਨੇ ਉੱਥੇ ਕਹਿਤਾ ਹਾਂ ਉਹ ਕਹਿੰਦਾ ਸ਼ਰੂਮਣੀ ਕਮੇਟੀ ਨੂੰ ਜੱਧਰ ਸਾਹਿਬ ਨੇ ਪਿਛਲੇ ਸਾਲ ਕਿਹਾ ਸੀ ਨਾ ਹਾਂ ਮਹੀਦੇ ਮਹੀਨੇ ਵਿੱਚ ਜੀ ਕਿ YouTube ਚੈਨਲ rau ਤੁਸੀਂ ਆਪ ਦਾ ਆ ਪ੍ਰਾਈਵੇਟ ਨਿੱਜੀ ਚੈਨਲ ਬੰਦ ਕਰੋ ਉਹ ਨੂੰ 10 ਮਹੀਨੇ ਹੋ ਗਏ ਹੋ ਗਿਆ ਤੇ ਜੇ ਤੁਹਾਡਾ ਦਿੱਤਾ ਹੋਇਆ ਹੁਕਮ ਸ਼ਰਮਣੀ ਕਮੇਟੀ ਉਹ ਨਹੀਂ ਮੰਨਦੀ ਹੋਰ ਕਿਹਨੇ ਮੰਨਣਾ ਬਿਲਕੁਲ ਜੀ ਇੰਨਾ ਕਾਰਨਾ ਕਰਕੇ ਇਹ ਪੋਜੀਸ਼ਨ ਪਤਲੀ ਹੋਈ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਨੇ ਜਿਸ ਢੰਗ ਨਾਲ ਕਿਹਾ ਮੇਰਾ ਕਹੇ ਢੰਗ ਉਧਰ ਵੀ ਠੀਕ ਨਹੀਂ ਉਧਰ ਜਥੇਦਾਰ ਸਾਹਿਬ ਨੇ ਕਿਹਾ ਤਾਂ ਕਿ 24 ਘੰਟਿਆਂ ਦਾ ਅਲਟੀਮੇਟ ਹੈ 24 ਘੰਟਿਆਂ ਦਾ ਹੂੰ ਇਸ ਮੀਟਿੰਗ ਦੇ ਵਿੱਚੋਂ ਤੁਸੀਂ ਬਲਜੀਤ ਸਿੰਘ ਦਾਦੂਵਾਲ ਨੂੰ ਕਿਸ ਕਾਰਨ ਬਾਹਰ ਰੱਖ ਲਿਆ ਬਿਲਕੁਲ ਜੀ ਉਹ ਸਿੱਖ ਸੰਸਥਾਵਾਂ ਚ ਨਹੀਂ ਆਉਂਦੇ ਇਹ ਪਿੱਕਣ ਚੂਚ ਕਿਉਂ ਕੀਤਾ ਗਿਆ ਚੋਣਵੇਂ ਬੁਲਾ ਲਓ ਹੂੰ ਸਵਾਲ ਜਥੇਦਾਰ ਵਾਲੇ ਸਭ ਪਾਸੇ ਵੀ ਉੱਠਦਾ ਹੈ ਬਿਲਕੁਲ ਜੀ ਆਮ ਸਿੱਖ ਜਿਹੜੇ ਵਿਦਵਾਨ ਹੈ ਜਿੰਨਿਆਂ ਕੇ ਨਾਲੇ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਦੋਨਾਂ ਪਾਸਿਆਂ ਤੋਂ ਹੀ ਸਹੀ ਤਰੀਕੇ ਦੇ ਨਾਲ ਇਹਨੂੰ ਨਜਿੱਠਿਆ ਨਹੀਂ ਜਾ ਰਿਹਾ ਬਿਲਕੁਲ ਜੀ ਜਦੋਂ ਜਸਕਰਨ ਸਿੰਘ ਆਈਜੀ ਇੰਟੈਲੀਜੈਂਸ ਉਹਨਾਂ ਕੋਲੇ ਆਈਸੀ ਜਥੇਦਾਰ ਸਾਹਿਬ ਕੋਲੇ ਬਿਲਕੁਲ ਜੀ ਬਹੁਤ ਸਾਰੇ ਲੋਕਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਕੋਈ ਨਾ ਕੋਈ ਬਾਣਾ ਹੋਰ ਵਰਤੂਗਾ ਹੂੰ ਮੇਰੇ ਖਿਆਲ ਮਾਨ ਸਾਹਿਬ ਨੇ ਸਰਕਾਰ ਚਲਾਉਣੀ ਜਦੋਂ ਸਰਕਾਰ ਦੇ ਮੁਖੀ ਨੇ ਤੇ ਜਥੇਦਾਰ ਸਿੱਖ ਪੰਥ ਦੇ ਉਸ ਉਵੇਂ ਕਾਰਜਕਾਰਗੂਏ ਨੇ ਪਰ ਉਸ ਤਖਤ ਦੇ ਜਥੇਦਾਰ ਨੇ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਅਕਾਲ ਦਾ ਤਖਤ ਕਿਹਾ ਸੀ ਹੂੰ ਤਾਂ ਜਿਹੜੀਆਂ ਬਹੁਤ ਸਾਰੇ ਸਵਾਲੇ ਉੱਠਦੇ ਆ ਉਹਨਾਂ ਨੇ ਸ਼੍ਰੀ ਅਮਕਤਬ ਜੀ ਕਿ ਤੁਸੀਂ ਤਾਂ ਬਾਦਲਾਂ ਦੇ ਜਥੇਦਾਰ ਹੋ ਜੋ ਬਾਦਲ ਕਹਿੰਦੇ ਨੇ ਉਹ ਕਰਦੇ ਆ ਉਹ ਕਹਿੰਦੇ ਬੇਅਦਬੀ ਵੇਲੇ ਅਕਾਲ ਤਖਤ ਸਾਹਿਬ ਨੂੰ ਸਾਰੀਆਂ ਸਿੱਖ ਸਤਾਵਾਂ ਬੁਲਾਉਣੀਆਂ ਚਾਹੀਦੀਆਂ ਕਿਉਂ ਨਾ ਬੁਲਾਈਆਂ ਗਈਆਂ ਉਸ ਵੇਲੇ ਦਾ ਜਥੇਦਾਰ ਬੁਲਾਉਂਦਾ ਬਿਲਕੁਲ 328 ਰੁਪਏ ਦਾ ਮਾਮਲਾ ਤੁਸੀਂ ਹੁਕਮ ਦਿੱਤਾ ਉਹ ਜਿਹੜੇ ਜੱਜ ਸਾਹਿਬਾਂ ਸੀ ਲੇਡੀ ਜੱਜ ਸੀ ਜਿਬਰਤਾ ਸਿੰਘ ਜੀ ਉਹ ਪਹਿਲੇ ਹੀ ਭੱਜ ਗਏ ਵੀ ਮੈਂ ਨਹੀਂ ਕਰ ਸਕਦੀ ਹਮ ਮੁੜ ਕੇ ਭਾਈ ਇਸ਼ਰ ਸਿੰਘ ਵਕੀਲ ਹੈ ਜੀ ਉਹਨਾਂ ਨੇ ਤੇ ਕਹਿੰਦੇ ਉਹਦੇ ਤੇ ਕਿਹੜਾ ਤੁਸੀਂ ਕਾਰਵਾਈ ਕਰਾ ਲਈ ਜਿਹੜੀ ਰਿਪੋਰਟ ਉਹਨੇ ਦਿੱਤੀ ਹਮ ਸੋ ਸਿੱਖ ਸੰਸਥਾਵਾਂ ਕਿਉਂ ਇਹ ਬਹੁਤ ਵੱਡੇ ਸੈਮੀ ਇਹ 15 20 ਮਿੰਟ ਘੰਟੇ 2 ਘੰਟਿਆਂ ਚ ਸੰਭਾਲਣ ਵਾਲਾ ਕੰਮ ਨਹੀਂ ਇਹ ਸਿੱਖ ਬਧਵਾਨਾਂ ਨੂੰ ਲਗਾਤਾਰ ਜਦਰ ਸਾਹਿਬ ਬੁਲਾਉਣ ਤੇ ਇਹੀ ਦਾ ਕਾਰਨ ਸੀ ਜਦਰ ਸਾਹਿਬ ਇਹ ਵੀ ਦੱਸਦੇ ਨੇ ਕਿ ਉਸ ਵੇਲੇ ਜਦੋਂ ਬੇਅਦਬੀਆਂ ਹੋਈਆਂ ਗੁਰੂ ਸਾਹਿਬ ਦੇ ਜਿਹੜੇ ਅੰਗ ਹੈ ਖਿਲਾਰੇ ਗਏ ਗੋਲੀ ਚੱਲੀ ਦੋ ਸਿੰਘ ਸ਼ਹੀਦ ਵੀ ਹੋ ਗਏ ਇਹ ਸਾਰਾ ਕੁਝ ਵਾਪਰਿਆ ਤੇ ਸ਼ਰੋਮਣੀ ਕਮੇਟੀ ਦਾ 92 ਲੱਖ ਰੁਪਇਆ ਕਿਹੜੀ ਹਸਿਆਤੀ ਤੇ ਤੁਸੀਂ ਦਿੱਤਾ ਲਾਇਆ ਸੀ ਜਿ ਇਸ ਇਸ਼ਤਿਹਾਰਾਂ ਤੇ ਕਦੇ ਜੱਧਰ ਸਾਹਿਬ ਨੇ ਅੱਜ ਤੱਕ ਉਹ ਸਵਾਲ ਇਹ ਸ਼ਰੂਣੀ ਕਮੇਟੀ ਨੂੰ ਪੁੱਛਿਆ ਵੀ ਕਿਹਦੇ ਕਹਿਣ ਤੇ ਲਾਇਆ ਗਿਆ ਸੋ ਜੱਧਰ ਸਾਹਿਬ ਇਸੇ ਕਰਕੇ ਤਾਂ ਜਿਹੜੇ ਪੁਰਾਣੇ ਜਥੇਦਾਰ ਸੀ ਤੁਹਾਨੂੰ ਪਤਾ ਹੈ ਉਹਨਾਂ ਦੇ ਪੁਤਲੇ ਬਣਾ ਕੇ ਪ੍ਰਕਰਮਾ ਚ ਘੜੀਸੇਗੇ ਬਾਹਰ ਲਿਜਾ ਕੇ ਉਹਨਾਂ ਨੂੰ ਸਾੜਿਆ ਗਿਆ ਸੋ ਮਨਦੀਪ ਜੀ ਇਹ ਆਪਣੇ ਆਪ ਦੇ ਵਿੱਚ ਸਵਾਲ ਉੱਠਣ ਵਾਲੀਆਂ ਗੱਲਾਂ ਨੇ ਮੈਂ ਸਮਝਦਾ ਇਨ੍ਹਾਂ ਮਾਮਲਿਆਂ ਦੇ ਵਿੱਚ ਸਹਿਰਦਤਾ ਅਪਣਾਉਣ ਦੀ ਲੋੜ ਹੈ ਬਿਲਕੁਲ ਜੀ ਸਹਿਰਦ ਹੋਣਾ ਚਾਹੀਦਾ ਤੇ ਚੰਗਾ ਇਹ ਹੁੰਦਾ ਇਧਰਲੇ ਪਾਸੇ ਜ਼ਥੇਦਾਰ ਸਾਹਿਬ ਕੋਈ ਪੰਜ ਮੈਂਬਰੀ ਕਮੇਟੀ ਦੇ ਦਿੰਦੇ ਹੂੰ ਤੇ ਪੰਜ ਪਲੇ ਉਧਰੋਂ ਸਰਕਾਰ ਵਾਲੇ ਪਾਸਿਓਂ ਕੁਝ ਅਧਿਕਾਰੀ ਆ ਜਾਂਦੇ ਕੁਝ ਸਿਆਸੀ ਆਗੂ ਆ ਜਾਂਦੇ ਇਹ ਮਿਲ ਕੇ ਬੈਠ ਕੇ ਹੂੰ ਇੱਕ ਥਾਂ ਦੇ ਉੱਤੇ ਇੱਕ ਮੀਟਿੰਗ ਦੋ ਮੀਟਿੰਗ ਚਾਰ ਮੀਟਿੰਗ ਉਹਦੇ ਵਿੱਚ ਇਹ ਸਾਰਾ ਕੁਝ ਕੀਤਾ ਜਾਂਦਾ ਤੇ ਜੇ ਉਹ ਕਹਿੰਦੇ ਤੁਸੀਂ ਬਾਦਲਾ ਦੇ ਇਸ਼ਾਰੇ ਤੇ ਚੱਲਦੇ ਹੋ ਤੇ ਉਧਰਲੇ ਪਾਸੋਂ ਇਹ ਕਹਤਾ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਸੀਂ ਵੀ ਤਾਂ ਕੇਜਰੀਵਾਲ ਦੇ ਇਸ਼ਾਰੇ ਤੇ ਚੱਲਦੇ ਹੋ ਹਾਂ ਬਿਲਕੁਲ ਆ ਦਿੱਲੀ ਵਾਲੇ ਇੰਨੇ ਕਿਉਂ ਬਹਾਏ ਹੋਏ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਉਹ ਅਣਗੌਲੇ ਨੇ ਜੀ ਇਹ ਵੀ ਸਵਾਲ ਚੱਕਦਾ ਕਿ ਜਿਹੜੇ ਬੰਦੇ ਅਥੋਰਾਈਜ਼ ਨਹੀਂ ਉਹ ਸਰਕਾਰੀ ਫੈਲਾ ਦੇਖੀ ਜਾਂਦੀ ਹੈ ਹਾਂ ਬਿਲਕੁਲ ਜੀ ਇਸ ਕਰਕੇ ਦੋਹਾਂ ਪਾਸੇ ਕਮੀਆਂ ਕਮਜ਼ੋਰੀਆਂ ਹੈਗੀਆਂ ਨੇ ਹਾਂ ਇਹ ਜੀ ਸਥਿਤੀ ਦੇ ਵਿੱਚ ਚੰਗਾ ਬਿੱਤਰ ਇਹ ਅਜੇ ਵੀ ਡੁੱਲੇ ਵੀਰਾਂ ਦਾ ਕੁਜਰੀ ਵਿਗੜਿਆ ਦੁਬਾਰਾ ਇਕੱਠੇ ਹੋ ਕੇ ਇੱਕ ਸਾਂਝੀ ਕਮੇਟੀ ਬਣਾ ਲਓ ਉਹ ਜਿਹੜੀਆਂ ਸਪਾਰਸ਼ਾਂ ਕਰੇ ਉਹਨਾਂ ਨੂੰ ਭਾਵੇਂ ਹਫ਼ਤੇ ਦਾ ਟਾਈਮ ਦਿਓ ਇਹ ਇੱਕ ਦਿਨ ਚ ਸੁਲਝਣ ਵਾਲਾ ਮਸਲਾ ਨਹੀਂ ਬਿਲਕੁਲ ਜੀ ਇਹਨੂੰ ਸੁਲਝਾਓ ਔਰ ਜਿਹੜੀ ਜੱਦਾ ਸਾਹਿਬ ਕਹਿੰਦੇ ਆ ਕਿ ਸਿੱਖ ਬੱਚਿਆਂ ਦੀ ਫੜੋ ਫੜਾਈ ਹੋ ਰਹੀ ਹੈ ਮੇਰੇ ਕੱਲ ਕਿਸੇ ਧਿਰ ਨੇ ਪਿਛਲਾ ਜਿਹੜਿਆ ਉਹਨਾਂ ਘਰਾਂ ਦਾ ਜਾ ਕੇ ਦੇਖੋ ਜਿਨ੍ਹਾਂ ਦੇ ਚੁੱਲਿਆਂ ਤੇ ਕਾਹ ਹੋ ਗਏ ਕਈ ਕਈ ਸਾਲ ਹੋ ਗਏ ਬਰਾਤਾਂ ਨਹੀਂ ਆਈਆਂ ਉਹਨਾਂ ਦੇ ਹੂੰ ਨਾ ਬਰਾਤਾ ਚੜੀਆਂ ਨੇ ਉਹਨਾਂ ਨੂੰ ਭੁੱਲ ਗਏ ਕਿਰਪਾ ਕਰੋ ਨਾ ਮੈਨੂੰ ਕੋਈ ਕੈਲੀਫੋਰਨੀਆ ਚਾਹੀਦਾ ਐ ਨਾ ਗੁਜਰਾਤ ਚਾਹੀਦਾ ਮਾਡਲ ਨਾ ਦਿੱਲੀ ਮਾਡਲ ਚਾਹੀਦਾ ਐ ਮੈਨੂੰ ਗੁਰਾਂ ਦੀ ਅਸ਼ੀਰਵਾਦ ਵਾਲਾ ਉਹ ਪੰਜਾਬ ਚਾਹੀਦਾ ਜਿਹੜਾ ਵਸਦਾ ਗੁਰਾਂ ਦੇ ਜਿਹੜਾ ਹਾ ਵਸਦਾ ਗੁਰਾਂ ਦੇ ਨਾ ਜਿਹੜਾ ਕਿੰਨੇ ਵਾਰ ਮੰਦੀਪ ਜਿਹੜਾ ਹੈਗਾ ਸਾਰੇ ਖੇਤਰਾਂ 'ਚ ਇੱਕ ਨੰਬਰ ਤੇ ਸੀ ਹੂੰ ਇਹਨਾਂ ਇਸ ਬੇਈਮਾਨ ਸਿਆਸਤ ਨੇ ਇਸ ਪੰਜਾਬ ਨੂੰ ਬਹੁਤ ਸਾਰੇ ਖੇਤਰਾਂ ਦੇ ਵਿੱਚ ਪਿਛਲੇ ਪਾਸੇ ਨੂੰ ਤੋੜਤਾ ਬਿਲਕੁਲ ਜੀ ਡਾਕਟਰ ਸਾਹਿਬ ਕੀ ਲੱਗਦਾ ਹੈ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਹੁਣ ਦੂਜੇ ਪਾਸੇ 10 ਮਈ ਨੂੰ ਜਿਮਨੀ ਚੋਣ ਜਲੰਧਰ ਦੀ ਲੋਕ ਸਭਾ ਦੀ ਵੀ ਆ ਗਈ ਹੁਣ ਤੁਹਾਨੂੰ ਕੀ ਲੱਗਦਾ ਉਹਦੇ ਵਿੱਚ ਕੀ ਅਸਰ ਹੋਊਗਾ ਸਿਆਸੀ ਪਾਰਟੀਆਂ ਇਹ ਬਹੁਤ ਵੱਡਾ ਹਮ ਸਰਕਾਰ ਦਾ ਦੂਜਾ ਲਿਟਮਸ ਟੈਸਟ ਹੈ ਹਮ ਪਹਿਲਾ ਟੈਸਟ ਸੰਗਰੂਰ ਚ ਹੋਇਆ ਜੀ ਸਰਕਾਰ ਫੇਰ ਹੋਈ ਸਰਕਾਰ ਨੇ ਉਹਦੇ ਤੇ ਬੈਠ ਕੇ ਵਿਚਾਰ ਹੀ ਨਹੀਂ ਕੀਤੀ ਹੂੰ ਕਿ ਸਾਡਾ ਇਹ ਹਸ਼ਰ 3 ਮਹੀਨਿਆਂ ਬਾਅਦ ਕਿਉਂ ਹੋ ਗਿਆ 50 ਦਰਸਲ ਇਹਨਾਂ ਨੂੰ ਗਲਤ ਫਹਮੀ ਹੋ ਗਈ ਕਿ ਸਾਡੀ ਤਾਂ ਹਰਮਨ ਪਿਆਰਤਾ ਬਹੁਤ ਹੈ ਤੁਹਾਡੀ ਹਰਮਨ ਪਿਆਰਤਾ ਨਹੀਂ ਸੀ ਲੋਕਾਂ ਨੇ ਉਹਨਾਂ ਰਵੈਤਿਆਂ ਨੂੰ ਪਿੱਛੇ ਕੀਤਾ ਸੀ 1999 ਵਿੱਚ ਮਾਨ ਸਾਹਿਬ ਨੂੰ ਵੀ ਜਿਤਾਤੀਆਂ ਸੀ ਸਾਰੀਆਂ ਸੀਟਾਂ ਇੱਕ ਦੋ ਨੂੰ ਛੱਡ ਕੇ ਪਾਰਲੀਮੈਂਟ ਦੀ ਗੱਲ ਜੀ ਮਾਨ ਸਾਹਿਬ ਕਰਪਾਨ ਦਾ ਰੇੜਕਾ ਲੈ ਕੇ ਬਹਿ ਗਏ ਜੇ ਮਾਨ ਸਾਹਿਬ ਉਦੋਂ ਸਮਝ ਜਾਂਦੇ ਮੈਂ ਦਾਅਵੇ ਨਾਲ ਕਹਿੰਦਾ ਅਕਾਲੀ ਦਲ ਦੀ ਦਸ਼ਾ ਤੇ ਦਸ਼ਾ ਹੂੰ ਦੋਨੋਂ ਹੀ ਕੋਈ ਹੋਰ ਹੋਣੀ ਸੀ ਬਿਲਕੁਲ ਜੀ ਉਹ ਕਹਿੰਦੇ ਆ ਨਾ ਵਕਤ ਆਉਂਦਾ ਹੈ ਜੇ ਬੰਦਾ ਸਾਮਝੇ ਸਾਮਝੇ ਨਾ ਸਾਂਭੇ ਤੇ ਬਹੁਤ ਔਖੇ ਵਾਲਾ ਮਾਮਲਾ ਹੈ ਤੀਜੀ ਗੱਲ ਕਿ ਅੱਜ ਅਧਿਕਾਰੀਆਂ ਦੇ ਤਬਾਦਲੇ ਵਗੈਰਾ ਵੀ ਕਰਤੇ ਅੱਜ ਕੀਤੇ ਨੇ ਜਦੋਂ ਤੱਕ ਲੋਕ ਕਹਿੰਦੇ ਸੀ ਕਿ ਇਹਨਾਂ ਦੇ ਤਬਾਦਲੇ ਕਰੋ ਉਹਦੋਂ ਨਹੀਂ ਕੀਤੇ ਗਏ। ਦੂਜੀ ਚੀਜ਼ ਇਹ ਜਿਵਨੀ ਚੋਣ ਬਹੁਤ ਔਖੀ ਹੈ। ਸਾਰੀਆਂ ਵੀ ਹੀਰਾ ਹੁਣ ਉਧਰ ਨੂੰ ਹੋ ਜਾਣਗੇ ਰਾਸੀ ਲੋਕਾਂ ਦੀਆਂ। ਹੂੰ ਬਿਲਕੁਲ ਜੀ। ਪੰਜਾਬ ਦਾ ਕੰਮ ਇੱਕ ਤਰ੍ਹਾਂ ਦੇ ਨਾਲ ਠੱਪ ਵਰਗਾ ਹੋ ਜਾਣਾ ਕਿਉਂਕਿ ਸਾਰਿਆਂ ਨੇ ਉੱਥੇ ਡੇਰੇ ਲਾਉਣੇ ਨੇ। ਹੂੰ ਕੱਲ ਦੇ ਬਚੇਰ ਪਾਨੀ ਸਾਹਿਬ ਆਏ ਮੇਰੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਤੇ 50 ਮਾਮਲਿਆਂ ਦੇ ਇੰਚਾਰਜ ਨੇ ਕੱਲੋਂ ਜਲੰਧਰ ਦੇ ਵੱਡੇ ਅਖਬਾਰ ਦੇ ਦਫ਼ਤਰ ਦੇ ਵਿੱਚ ਵੀ ਇੱਕ ਇੰਟਰਵਿਊ ਦੇ ਕੇ ਆਏ ਨੇ ਖੁੱਲੀਆਂ ਗੱਲਾਂ ਬਾਤਾਂ ਕਰਕੇ ਆਏ ਨੇ ਉਮੀਦਵਾਰ ਇਹਨਾਂ ਨੇ ਐਲਾਨੇ ਨਹੀਂ ਹੂੰ 20 ਅਪ੍ਰੈਲ ਤੱਕ ਆਖਰੀ ਮਿਤੀ ਹੈ ਇਹ ਜਿਹੜੇ ਕਾਗਜ਼ ਢਾਕਲ ਕਰਨ ਦੀ ਤੇ 10 ਵਜੇ ਨੂੰ ਵੋਟਾਂ ਪੈਣੀਆਂ ਨੇ ਜੀ ਕਰਨਾਟਕ ਦੀ ਚੋਣ ਵੀ ਨਾਲ ਹੋ ਰਹੀ ਹੈ ਜੀ ਤੇ 13 ਮਈ ਨੂੰ ਨਤੀਜੇ ਆਉਣਗੇ ਜੀ ਸੋ ਜਲੰਧਰ ਦੀ ਚੋਣ ਹੈ ਇਸ ਵੇਲੇ ਬਹੁਤ ਉਹ ਹੈ ਅੱਜ ਮੈਂ ਕਹਿ ਨਹੀਂ ਸਕਦਾ ਕਿ ਕੌਣ ਜਿੱਤੇਗਾ لیکن ایک چیز ضرور ہے ਇਹਨਾਂ ਸਾਰਿਆਂ ਨਾਲ ਉਹ ਉਮੀਦਵਾਰ ਐਲਾਨੇ ਚ ਕਾਂਗਰਸ ਬਾਜੀ ਮਾਰ ਗਈ ਉਹਨਾਂ ਨੇ ਉਸੇ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਬੀਬੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਅਕਾਲੀ ਦਲ ਸਰਦਾਰ ਸੁਖੀਰ ਸਿੰਘ ਬਾਦਲ ਲੁਧਿਆਣੇ ਦਾ 24 ਦਾ ਉਮੀਦਵਾਰ ਤਾਂ ਐਲਾਨੀ ਜਾਂਦੇ ਨੇ ਹੂੰ ਉੱਥੋਂ ਦਾ ਨਹੀਂ ਅਜੇ ਤੱਕ ਐਲਾਨਿਆ ਬਿਲਕੁਲ ਜੀ ਇਹਨਾਂ ਨੇ ਖੜਨਾ ਬਹੁਜਨ ਸਵਾਜ ਪਾਰਟੀ ਨੇ ਖੜਨਾ ਇਹਨਾਂ ਦਾ ਸਮਝੌਤਾ ਹੈ ਹੂੰ ਭਾਰਤੀ ਜਨਤਾ ਪਾਰਟੀ ਨੇ ਕਿਹਨੂੰ ਖੜਾ ਕਰਨਾ ਹੈ ਪਤਾ ਨਹੀਂ ਆਮ ਆਦਮੀ ਪਾਰਟੀ ਜਿਹਦੀ ਸਰਕਾਰ ਹੈ ਇਹਨਾਂ ਨੇ ਦੂਜੀ ਪਾਰਟੀਆਂ ਦੇ ਕਈ ਆਗੂਆਂ ਨੂੰ ਡੂਰੇ ਪਾਉਣੇ ਸੀ ਕਾਂਗਰਸ ਦੇ ਇੱਕ ਵੱਡੇ ਆਗੂ ਦੇ ਘਰ ਵੀ ਗਏ ਸੀ ਹੂੰ ਪਰ ਉਹ ਸਿਲੇ ਦੀ ਚੜੀ ਤੇ ਜਿੱਦਨ ਜਗਵੀਰ ਬਰਾੜ ਨੇ ਜੁਆਇਨ ਕੀਤਾ ਕਈਆਂ ਨੇ ਧੂੜਾ ਪੱਟ ਤੀਆਂ ਵੀ ਹੁਣ ਤਾਂ ਜਗਵੀਰ ਬਰਾੜ ਹੀ ਬਣ ਗਿਆ ਉਮੀਦਵਾਰ ਉਥੋਂ ਬਿਲਕੁਲ ਨਹੀਂ ਲੈਣਾ ਕਿਸ ਦਾ ਹੂੰ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਚੋਣਤਾ ਸੀਡ ਰਿਜ਼ਰਵ ਹੈ ਹੂੰ ਬਰਾੜ ਜਰਨਲ ਉਸ ਨਾਲ ਸੰਬੰਧਿਤ ਹੈ ਜੀ ਉਹ ਜੱਟ ਭਾਈਚਾਰੇ ਚੋਂ ਨੇ ਜਰਨਲ ਭਾਈਚਾਰੇ ਚੋਂ ਨੇ ਸੋ ਕਈਆਂ ਦਾ ਨਾਂ ਨੂੰ ਚੱਲਦਾ ਹੈ ਇਹ ਦੂਜੇ ਪਾਰਟੀਆਂ ਦੇ ਉਮੀਦਵਾਰਾਂ ਵੱਲ ਵੀ ਟਿਕ ਟਿਕ ਹੀ ਲਾਈ ਬੈਠੇ ਨੇ ਵੀ ਸ਼ਾਇਦ ਉਸ ਪਾਸੇ ਵੱਲੋਂ ਸਾਨੂੰ ਕੋਈ ਖੈਰ ਪੈ ਜਾਵੇ ਜੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਿਆਸੀ ਮਾਹਰਾਂ ਨੇ ਜ਼ਰਾ ਦਿੱਤੀਏ ਕਹਿੰਦੇ ਵੀ ਉਹ ਪੰਜਾਬ ਦੇ ਮੁੱਦੇ ਨੂੰ ਲੈ ਕੇ ਇੱਕ ਸਰਵ ਪਾਰਟੀ ਮੀਟਿੰਗ ਸੱਦਣੇ ਚ ਕਹਿੰਦੇ ਦੇਖੋ ਕੇਂਦਰ ਦੇ ਵਿੱਚ ਜਦੋਂ ਬਜਟ ਸੈਸ਼ਨ ਸ਼ੁਰੂ ਹੋਣਾ ਸੀ ਸਾਡੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਸਾਹਿਬ ਨੇ ਉਸ ਤੋਂ ਪਹਿਲਾਂ ਸਰਪਾਰਟੀ ਮੀਟਿੰਗ ਬੁਲਾਈ ਸੀ ਜੀ ਇਹਨਾਂ ਦੇ ਸਿਆਸੀ ਤੌਰ ਤੇ મત ਭੇਦ ਅਲੱਗ ਹੋਣ ਹਮ ਲੱਖ ਹੋਣ ਭਾਵੇਂ ਤੁਸੀਂ ਦੇਖੋ ਉਹਦੇ ਵਿੱਚ ਸਾਰੇ ਹੀ ਬੈਠੇ ਸੀ ਵਿਰੋਧੀ ਧਿਰ ਵਾਲੇ ਬੈਠੇ ਸੀ ਹਮ ਹਾਕਮ ਧਿਰ ਦੇ ਵੀ ਬੈਠੇ ਸੀ ਇਹ ਇੱਕ ਸਿਸ਼ਟਾਚਾਰ ਹੈ ਇਹ ਤਾਂ 2002 ਦੇ ਵਿੱਚ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੇਲੇ ਬਖਰੀਵਾ ਤੇ ਇਹ ਤਲਖੀਆਂ ਸ਼ੁਰੂ ਹੋਈਆਂ ਨੇ ਪਹਿਲਾਂ ਤਾਂ ਸਾਰੇ ਇਕੱਠੇ ਹੀ ਹੁੰਦੇ ਸੀ ਉੱਥੇ ਜਿਹੜੇ ਲੰਚ ਤੇ ਡਿਨਰ ਹੁੰਦੇ ਸੀ ਵਿਧਾਨ ਸਭਾ ਸੈਸ਼ਨਾਂ ਦੇ ਦੌਰਾਨ ਹੁੰਦਾ ਤਾਂ ਸਰਕਾਰੀ ਸੀ ਜੀ ਅੱਜ ਕੀ ਦਾ ਜੀ ਮੁੱਖ ਮੰਤਰੀ ਸਾਹਿਬ ਦਾ ਅੱਜ ਕੀ ਦਾ ਜੀ ਡਿਪਟੀ ਮੁੱਖ ਮੰਤਰੀ ਦਾ ਅੱਜ ਕੀ ਦਾ ਜੀ ਲੋਕ ਨਿਰਮਾਣ ਮੰਤਰੀ ਦਾ ਹਮ ਅੱਜ ਸਪੀਕਰ ਸਾਹਿਬ ਵੱਲੋਂ ਆ ਤੇ ਇੱਕ ਦਿਨ ਅਜੀਹਾ ਵੀ ਹੁੰਦਾ ਸੀ ਜਦੋਂ ਉਹ ਵਿਰੋਧੀ ਧਿਰ ਦੇ ਆਗੂ ਵੱਲੋਂ ਹੁੰਦਾ ਸੀ ਹਮ ਉਹਦੇ ਵਿੱਚ ਸਾਰੇ ਇਕੱਠੇ ਬੈਠੇ ਹੁੰਦੇ ਇਕੱਠੇ ਟਿਚਰੋ ਟਿਚਰੀ ਹੁੰਦੇ ਇੱਕ ਦੂਜੇ ਦੇ ਨਾਲ ਸੋ ਇਸ ਮਾਮਲਿਆਂ ਦੇ ਵਿੱਚ ਉਹ ਪੈਸਾ ਤਾਂ ਸਰਕਾਰੀ ਹੈ ਹਮ ਮੇਜ਼ਬਾਨੀ ਵੱਖਰ ਵੱਖਰੀ ਹੁੰਦੀ ਸੀ ਹਮ ਉਹਦੇ 'ਚ ਹੁੰਦਾ ਕੀ ਸੀ ਕਿ ਕਈ ਵਿਰੋਧੀ ਧਿਰ ਦੇ ਜਿਹੜੇ ਸਿੱਧੇ ਤੌਰ ਦੇ ਉੱਤੇ ਮੁੱਖ ਮੰਤਰੀ ਨੂੰ ਨਹੀਂ ਮਿਲ ਸਕਦੇ ਮੰਤਰੀਆਂ ਨੂੰ ਨਹੀਂ ਮਿਲ ਸਕਦੇ ਜੀ ਮਜਬੂਰੀਆਂ ਨੇ ਰਾਜਨੀਤਿਕ ਉਹਦੇ ਵਿੱਚ ਬਹਿ ਕੇ ਇੱਕ ਦੂਜੇ ਨਾਲ ਕੰਮ ਕੋ ਮਦਦ ਦਿੰਦੇ ਸੀ ਔਰ ਵਧੀਆ ਤਰੀਕੇ ਦੇ ਨਾਲ ਚੱਲਦੇ ਸੀ ਅੱਜ ਕੱਲ੍ਹ ਉਹ ਪੁਰਾਣੇ ਕਦਰਾਂ ਕੀਮਤਾਂ ਖਤਮ ਹੋ ਗਈਆਂ ਨਿਜਤਾ ਵਧ ਗਈ ਹੈ ਜੀ ਪਾਰਟੀਆਂ ਬੌਣਗਾਂ ਨੇ ਨਿੱਜੀ ਆਗੂਆਂ ਦੀ ਹੌਮਾ ਬਹੁਤ ਵੱਡੀ ਹੋ ਗਈ ਹੈ ਉਹ ਹੌਮਾ ਦੇ ਸਿਰ ਤੇ ਉਹ ਆਪਣੇ ਆਪ ਨੂੰ ਖੁਦਾ ਸਮਝੀ ਬੈਠੇ ਨੇ ਜਾਂ ਖੁਦਾ ਦੇ ਬਰਾਬਰ ਸਮਝ ਬੈਠੇ ਨੇ ਜਿਹਦੇ ਕਰਕੇ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਸੋ ਕਿਹਨੂੰ ਲੈ ਕੇ ਆਉਣਾ ਹੈ ਕਿਹਨੂੰ ਨਹੀਂ ਆਉਣਾ ਅਗਲੇ ਸਮੇਂ ਦੇ ਵਿੱਚ ਜਿਉਂ ਇਸ ਵੇਲੇ ਜਾਬਤਾ ਲੱਗ ਗਿਆ ਨਾ ਹੁਣ ਬਦਲੀਆਂ ਹੋਣੀਆਂ ਨੇ ਨਾ ਕੁਝ ਹੋਰ ਹੋਣਾ ਤੇ ਸਰਕਾਰ ਵੀ ਦੂਜੀਆਂ ਵਿਰੋਧੀ ਪਾਰਟੀਆਂ ਸਾਰੀਆਂ ਦਾ ਮੈਦਾਨ ਜਲੰਧਰ ਦੀਆਂ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਹੁਣ ਸਰਗਰਮੀਆਂ ਵਧਣ ਗਈਆਂ ਤੇ ਇਹ ਦੂਜੀ ਵਾਰ ਉਹ ਸੀਨ ਦੇਖਣ ਨੂੰ ਮਿਲਿਆ ਜਦੋਂ ਇਹ ਜੇ ਦਿਨਾਂ ਦੇ ਵਿੱਚ ਹੀ ਜਦੋਂ ਸਰਦਾਰ ਅਮਰੌਸ ਦੀ ਚੋਣ ਹੋਈ ਸੀ ਜਿਵਨੀ ਉਹ ਵੀ ਦਿਨ ਇਸੇ ਤਰ੍ਹਾਂ ਦੇ ਅਪ੍ਰੈਲ ਦੀ ਸੀ ਬਿਲਕੁਲ ਜੀ 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 ਜੀ